रख हौसला नी माए मेरा करना तू दुख पते चढ़दे ही रहिंदा कदे सुख दे ना रुख मैनू मिलया नी कदे तेरी गोदी जेहा सुख नी मैं जिन्नी वारी मुड़ा मैनू मिले तेरी कुख। सिद्धू लेजेंडरी बंदा ही, लेजेंडरी आदमी ही, वो बहुत बड़ा बंदा ही। वो मतलब उन्हें गेम ही पूरी चेंज करके रख छड़ी, इंडस्ट्री का बहाव ही उन्हें होर साइड नू लै गया। उते बड़े क्रिएटिव, बहुत क्रिएटिव दिमाग का बंदा, इन्होंने बहुत गलत किया उहदे नाल, इंज नहीं करना चाहिए यार। कलाशनकोव कल्चर, एक तो साढ़े दीन दे विच वी इजाजत है कि हथियार जड़ा ना रखना, हथियार जड़ा ना मोमन दा जेवर। दूसरे नंबर दे उते साढ़ा को थोड़ा जिहा कल्चर भी इहो जिही है साढ़े मुल्क दा, ਤੇ ਇਹਦੇ ਵਿੱਚ ਮੇਰਾ ਨਹੀਂ ਖਿਆਲ ਕਿ ਯਾਰ ਅਗਰ ਹਥਿਆਰ ਨੂੰ ਤੁਸੀਂ ਅਗਰ ਸਹੀ ਡਾਇਰੈਕਸ਼ਨ ਨੂੰ ਯੂਜ਼ ਕਰਦੇ ਹੋ ਨਾ ਆਪਣੇ ਹਿਫਾਜ਼ਤ ਵਾਸਤੇ ਜਾਂ ਆਪਣੇ ਸ਼ੌਕ ਦੀ ਖਾਤਰ, ਤੇ ਉਹ ਨੁਕਸਾਨ ਕੋਨੇ ਕਿਹੜਾ ਵਿਚਾਰੇ ਨੇ ਆਪ ਟ੍ਰਿਗਰ ਦੱਬ ਦੇਣਾ ਤੇ ਉਹਨੇ ਕਹਿਣਾ ਆ ਫਲਾਣਾ ਫਲਾਣਾ ਬੰਦਾ ਤੇ ਇਹਨੂੰ ਮੈਂ ਖਤਮ ਕਰ ਦੇਣਾ, ਉਹ ਤੁਸੀਂ ਆਪ ਚਲਾਉਣਾ, ਆਪੇ ਹੀ ਤੁਸੀਂ ਜਿਹੜਾ ਨਾ ਉਹਨੂੰ ਯੂਟੀਲਾਈਜ਼ ਕਰਨਾ ਆ, ਜਿੱਧਰ ਨੂੰ ਮਰਜ਼ੀ ਕਰ ਲਓ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਆਜ ਹਮ ਮੌਜੂਦ ਹੈਂ ਇੱਕ ਮਾਰੂਫ ਸਿੰਗਰ ਜਨਾਬ ਤੈਯਬ ਅਮੀਨ ਉਰਫ ਤੇਜਾ ਸਾਹਿਬ ਕੇ ਪਾਸ, और ये बेसिकली बिलोंग करते हैं शक्करगढ़ के एक नवाही गांव से, और इनके आजकल माशाल्लाह काफ़ी फेमस हैं और मिलियंस ऑफ व्यूज़ हैं इनके गानों पर। और इनकी इस ज़िंदगी का आगाज़ कैसे हुआ और ये इस तरफ कैसे आए और फिर आगे क्या मामलात हैं इनका, ये इन्हीं से पूछते हैं। जी अस्सलाम वालेकुम। वालेकुम सलाम सर, कैसे हैं? अल्हम्दुलिल्लाह, तुसी सुनाओ की हाल है? ठीक हो? अल्हम्दुलिल्लाह, दुआ दुआ शुक्र है तुम पंजाबी जा गए सरकार। हाँ नहीं, वो पंजाबी जी आना पैना क्योंकि तुहाडा जड़ा ना वो है ही सारा। अच्छा मैनू ये दसो कि तुहाडा नाम माशाल्लाह एडा खूबसूरत है, तैयब अमीन, अगे जड़ा तेजे दा इजाफा है, एदी की हिस्ट्री है? तैयब दी वजह तो ही, मुनासिबत दी वजह तो ही, अगे मतलब तेजा ना पै गया ना, मतलब तैयब तो अगो तुहानू पता बजुर्ग कई तजब गया हट देना, अगो तजब करदिया करदिया मतलब कि थोड़ा जिहा विगड़ गया ना, तेजा पै गया। अच्छा अच्छा अच्छा, जिहड़ा तुहाडा अपना इलाका है शक्करगढ़, ਉਹ ਤਾਂ ਪਾਕਿਸਤਾਨ ਦਾ ਤਕਰੀਬਨ ਇਸ ਸਾਈਡ ਤੋਂ ਜਾਈਏ ਤਾਂ ਆਖਰੀ ਏਰੀਆ ਹੈ, ਪਾਕਿਸਤਾਨ ਦੀ ਆਖਰੀ ਤਹਿਸੀਲ ਹੈ। ਉਸ ਤੋਂ ਅੱਗੇ ਇੱਕ ਸਾਈਡ 'ਤੇ ਕਸ਼ਮੀਰ ਦੀ ਬਾਉਂਡਰੀ ਸ਼ੁਰੂ ਹੋ ਜਾਂਦੀ ਹੈ, ਇੱਕ ਸਾਈਡ 'ਤੇ ਇੰਡੀਆ ਦੀ ਬਾਉਂਡਰੀ ਹੈ। ਅੱਛਾ, ਉਸ ਪਸਮਾਨਦਾ ਇਲਾਕੇ 'ਚੋਂ ਉੱਠ ਕੇ ਅਤੇ ਇਹ ਸ਼ੌਕ ਕਿਸ ਤਰ੍ਹਾਂ ਕ੍ਰੀਏਟ ਹੋਇਆ? ਸਾਹਿਬ ਜੀ, ਸ਼ੌਕ ਦੀ ਕ੍ਰੀਏਸ਼ਨ ਤਾਂ ਚਲੋ ਬਚਪਨ ਤੋਂ ਹੀ ਹੁੰਦੀ ਹੈ, ਬੰਦੇ ਨੂੰ ਥੋੜ੍ਹਾ ਜਿਹਾ ਚਾਅ ਵੀ ਹੁੰਦਾ ਹੈ ਕਿ ਯਾਰ ਮੈਂ ਥੋੜ੍ਹਾ ਜਿਹਾ ਕਹਿੰਦਾ ਆਪਣਾ ਸਟੈਬਿਲਿਟੀ ਲੈ ਆਵਾਂ ਆਪਣੇ ਨਿਜ਼ਾਮ ਦੇ ਵਿੱਚ ਨਾ। ਜਦੋਂ ਲਾਹੌਰੋਂ ਨਿਕਲੇ ਤਾਂ ਇਹੋ ਸੋਚ ਕੇ, ਸ਼ਹਿਰੋਂ ਆਪਣੇ ਸ਼ਕਰਗੜੋਂ ਨਿਕਲੇ ਤਾਂ ਇਹੋ ਸੋਚ ਕੇ ਨਿਕਲੇ, ਕੁਛ ਨਾ ਕੁਛ ਸਿੱਧਾ ਪੱਧਰਾ ਕਰਕੇ ਵਾਪਸ ਮੁੜਨਾ, ਵਾਪਸ ਮੁੜਨ ਦਾ ਹੁਣ ਦਿਲ ਤਾਂ ਨਹੀਂ ਕਰਦਾ, ਲੇਕਿਨ ਚਲੋ ਸ਼ੁਕਰ ਅਲਹਮਦੁਲਿਲਾ ਠੀਕ ਹੈ, ਨਿਜ਼ਾਮ ਹੋ ਗਿਆ ਦਾ। ਅਤੇ ਬਾਕੀ ਜਿਹੜਾ ਨਾ ਸ਼ੌਕ ਜਿਹੜਾ ਨਾ ਬਚਪਨ ਤੋਂ ਹੁੰਦਾ ਆ, ਮੈਂ ਪਾਕਿਸਤਾਨ ਦੇ ਵਿੱਚ ਸੁਣਦਾ ਰਿਹਾ, ਦੋ ਚਾਰ ਬੰਦੇ ਸਾਰੇ ਨਹੀਂ, ਬੜਾ ਸੋਹਣਾ ਸੋਹਣਾ ਕੰਮ ਕਰਦੇ ਪਏ ਨਾ ਬੰਦੇ, ਲੇਕਿਨ ਫੋਕ ਦੇ ਵਿੱਚ ਨਾ ਸਾਡੇ ਵਾਲੇ ਜਾਨਰ ਦੇ ਵਿੱਚ ਕਈ ਲੋਕ ਐਸੀ ਐਸੀ ਬਕਵਾਸ ਚੀਜ਼ ਗਾਉਂਦੇ ਹੁੰਦੇ, ਮੈਨੂੰ ਗੁੱਸਾ ਚੜ੍ਹਦਾ ਹੁੰਦਾ ਜੀ। ਪਰ ਬੰਦੇ ਨੂੰ ਬੰਦਾ ਦੇਖਦਾ ਕਿ ਯਾਰ ਹਾਂ ਇੱਕ ਚੀਜ਼ ਮੈਂ ਕਰ ਸਕਦਾ ਹਾਂ ਔਰ ਮੈਂ ਇਹਨਾਂ ਨਾਲੋਂ ਅੱਛੇ ਤਰੀਕੇ ਨਾਲ ਕਰ ਸਕਦਾ ਹਾਂ, ਪ੍ਰਜੈਂਟ ਕਰਨਾ ਹੀ ਹੁੰਦਾ ਨਾ, ਅਤੇ ਬੰਦੇ ਨੂੰ ਪਤਾ ਹੁੰਦਾ ਕਿ ਹਾਂ ਯਾਰ ਮੇਰੀ ਇੰਨੀ ਕੁ ਸੈਂਸ ਕੰਮ ਕਰਦੀ ਹੈ ਕਿ ਮੈਂ ਇਹਨਾਂ ਨਾਲੋਂ ਬੈਟਰ ਕਰ ਸਕਦਾ ਹਾਂ, ਅਤੇ ਫਿਰ ਉਹ ਤਾਂ ਕਰਕੇ ਬੰਦਾ ਥੋੜ੍ਹਾ ਜਿਹਾ ਚੈਲੇਂਜਿੰਗ ਹੋ ਕੇ ਬੰਦਾ ਆ ਜਾਂਦਾ ਆ, ਅਤੇ ਮੈਂ ਤਾਂ ਕਰਕੇ ਮਤਲਬ ਥੋੜ੍ਹਾ ਜਿਹਾ ਇਸ ਪਾਸੇ ਨੂੰ ਪੈਰ ਪਾ ਹੀ ਲਿਆ, ਮੈਂ ਕਿਹਾ ਮੈਂ ਹੁਣ ਮੈਂ ਕਰਕੇ ਦੱਸਣਾ। ਇੰਡਸਟਰੀ ਇੰਡਸਟਰੀ 'ਚ ਕਦਮ ਖੁਦ ਰੱਖਿਆ ਜਾਂ ਕਿਸੇ ਨੇ ਉਂਗਲੀ ਫੜ ਕੇ ਲਿਆਂਦਾ? ਐਕਚੁਅਲੀ ਕਦਮ ਤਾਂ ਬੰਦਾ ਖੈਰ ਕਿਤੇ ਵੀ ਜਾਂਦਾ, ਬੰਦਾ ਆਪ ਹੀ ਤੁਰਦਾ ਆ, ਅਤੇ ਮੈਂ ਐਜ਼ ਇਹਦੇ ਨਾਲ ਲਿਰਿਸਿਸਟ ਆਇਆ ਸੀ ਮੈਂ ਇੰਡਸਟਰੀ ਦੇ ਵਿੱਚ, ਮੈਂ ਪਹਿਲੇ ਇੰਟਰਵਿਊਜ਼ ਦੇ ਵਿੱਚ ਵੀ ਦੱਸ ਚੁੱਕਿਆ, ਮੇਰਾ ਪ੍ਰੋਗਰਾਮ ਵੀ ਨਹੀਂ ਹੈ ਔਨ ਸਕਰੀਨ ਆਉਣ ਦਾ, ਮੇਰੇ ਮਤਲਬ ਕੰਟੈਕਟਸ ਬਿਲਡ ਹੋ ਗਏ, ਚਲੋ ਐਜ਼ ਏ ਲਿਰਿਸਿਸਟ ਵੀ ਮੇਰੇ ਠੀਕ ਠਾਕ ਨਿਜ਼ਾਮ ਹੋ ਗਿਆ ਨਾ, ਸਿੰਗਰਸ ਦੇ ਵਿੱਚ ਨਾਂ ਨੂੰ ਵੱਜਣ ਲੱਗ ਪਿਆ ਸੀ ਜਦੋਂ ਮੈਂ ਸਿਰਫ ਲਿਖਦਾ ਰਿਹਾ ਨਾ ਗਾਣੇ, ਕੰਪੋਜ਼ ਕਰਦਾ ਰਿਹਾ ਲਿਖਦਾ ਰਿਹਾ, ਅਤੇ ਉਦੋਂ ਵੀ ਮਾਸ਼ਾਅੱਲਾ ਮੈਡਮ ਸਨਮ ਮਾਰਵੀ ਹੋਣੀ, ਫਲਕ ਸ਼ਬੀਰ ਸਾਹਿਬ, ਆਸਫ ਬਲਾਜ ਭਾਈ, ਹੋਰ ਵੀ ਪੰਜ ਸੱਤ ਸਿੰਗਰ ਜਿਹੜਾ ਚਲੋ ਹੁਣ ਤਾਂ ਵਿੱਚ ਇੱਕ ਅੱਧਾ ਹੋਣਗੇ ਜਿਨ੍ਹਾਂ ਦੇ ਮੈਂ ਨਾਂ ਵੀ ਨਹੀਂ ਲੈਣਾ ਚਾਹੁੰਦਾ ਇੱਥੇ ਸਕਰੀਨ ਦੇ ਉੱਤੇ, ਅਤੇ ਉਹ ਉਹਨਾਂ ਨਾਲ ਜਿਹੜਾ ਨਾ ਮੇਰੀ ਜਿਹੜਾ ਨਾ ਸਹੀ ਕਲੈਬ ਫਿੱਟ ਪੈ ਗਈ। ਫਿਰ ਆਸਫ ਬਲਾਜ ਵੀਰਾ ਹੁੰਦੇ ਨਾ ਇੱਥੇ ਅਮੈਰੀਕਾ ਦੇ ਵਿੱਚ ਨਾ, ਕੈਲੀਫੋਰਨੀਆ ਰਹਿੰਦੇ ਨਾ ਸਟੇਟ ਦੇ ਵਿੱਚ, ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਤੇਰੀ ਆਪਣੀ ਆਵਾਜ਼ ਐਡੀ ਸੋਹਣੀ ਆ, ਤੂੰ ਲੋਕਾਂ ਨੂੰ ਮਤਲਬ ਦਿੰਦਾ ਰਹਿਣਾ ਗਾਣੇ ਇੰਝ ਹੀ ਲਿਖ ਲਿਖ ਕੇ, ਚਲੋ ਇੰਝ ਹੀ ਦੇ ਕੀ ਦੇਣੇ, ਮਾੜਾ ਮੋਟਾ ਮੈਂ ਚਾਰਜ ਕਰਦਾ ਵੀ ਉਦੋਂ, ਅਤੇ ਉਹ ਕਹਿੰਦੇ ਕਿ ਹੁਣ ਆਪਣਾ ਜਿਹੜਾ ਨਾ ਨਿਜ਼ਾਮ ਸਿੱਧਾ ਕਰ ਲਿਆ, ਤਾਂ ਉਹਨਾਂ ਨੇ ਮੈਨੂੰ ਫਿਰ ਲਾਂਚ ਕੀਤਾ ਸੀ, ਉਹਨਾਂ ਨੇ ਪ੍ਰੋਡਕਸ਼ਨ ਮੇਰੀ ਜਿੰਨੀ ਵੀ ਹੈ ਸੀ ਨਾ ਉਹਨਾਂ ਨੇ ਗੀਤ ਮਸ਼ੀਨ ਚੈਨਲ ਦੇ ਥਰੂ ਕੀਤੀ। ਹਾਂਜੀ,
ਚਲੋ ਅੱਛਾ, ਇਸ ਇੰਡਸਟਰੀ 'ਚ ਕਦਮ ਰੱਖਣ ਤੋਂ ਬਾਅਦ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਇਹਦੇ ਵਿੱਚ ਕੀ ਚੈਲੰਜਸ ਨੇ, ਖਸੂਸਨ ਇੱਕ ਨਵੇਂ ਬੰਦੇ ਦੇ ਵਾਸਤੇ ਅਗਰ ਉਹ ਇਨ ਹੁੰਦਾ ਹੈ ਤਾਂ ਉਹਦੇ ਵਾਸਤੇ ਕੀ ਚੈਲੰਜਸ ਨੇ ਜਿਹੜੇ ਤੁਸੀਂ ਜਾਣਦੇ ਹੋ ਬੈਕ, ਮਤਲਬ ਕਿ ਦੂਸਰਾ ਜਿਹੜਾ ਨਾ ਜਿਹੜਾ ਇਸ ਫੀਲਡ ਵਿੱਚ ਨਹੀਂ ਹੈ ਉਹ ਤਾਂ ਮਤਲਬ ਇਹਦੇ ਤੋਂ ਇੰਨਾ ਨਹੀਂ ਆਸ਼ਨਾ ਹੋਏਗਾ ਨਾ, ਤੁਸੀਂ ਤਾਂ ਸਾਰਾ ਕਰੀਬੀ ਜਾਣਦੇ ਹੋ। ਰੀਅਲ ਟੈਲੈਂਟ ਜਿਹੜਾ ਨਾ ਬਾਈ ਜਾਣ ਗਰੋ ਹੋ ਹੀ ਜਾਂਦਾ ਹੈ ਕਿਸੇ ਨਾ ਕਿਸੇ ਤਰੀਕੇ ਉਹਨੂੰ। ਚਲੋ ਸਪੋਰਟ ਦੀ ਤਾਂ ਮਾੜੀ ਮੋਟੀ ਲੋੜ ਹੁੰਦੀ ਹੈ, ਲੇਕਿਨ ਜਿਹੜੇ ਮੇਰੇ ਅੱਬੂ ਅਕਸਰ ਕਹਿੰਦੇ ਨੇ ਖੁਦ ਰੋਹ ਪੌਦੇ ਜਿਹੜੇ ਇਹਨਾਂ ਨੂੰ ਤਨਾਵਰ ਦਰਖਤ ਬਣਦੇ ਨੇ। ਅਤੇ ਜਿਹੜਾ ਨਾ ਜਿਹੜਾ ਚੀਜ਼ਾਂ ਜਿਹੜਾ ਬੰਦਿਆਂ ਦੇ ਵਿੱਚ ਹੁੰਦਾ ਨਾ ਉਹ ਆ ਹੀ ਜਾਂਦੇ ਨੇ ਕਿਸੇ ਨਾ ਕਿਸੇ ਤਰੀਕੇ। ਹੁਣ ਤੁਸੀਂ ਕਈ ਲੋਕ ਦੇਖਦੇ ਹੋਵੋਗੇ ਉਹ ਸਿੰਪਲ ਵੀਡੀਓ ਬਣਾ ਕੇ ਨਾ ਟਿਕਟੋਕ ਦੇ ਉੱਤੇ ਅਤੇ ਪੋਸਟ ਕਰ ਦਿੰਦੇ ਨੇ, ਉਹਨਾਂ ਦਾ ਵੋਕਲ ਸਟਰੋਂਗ ਹੁੰਦਾ ਉਹ ਚੱਲ ਜਾਂਦੇ ਨੇ। ਸੋਸ਼ਲ ਮੀਡੀਆ ਹੁਣ ਤਾਂ ਹਰ ਬੰਦੇ ਦੇ ਹੱਥ ਦੇ ਵਿੱਚ ਜਿਹੜਾ ਨਾ ਆਪਣਾ ਪਲੇਟਫਾਰਮ ਆਪ ਹੀ ਹੈ। ਅਤੇ ਬਾਕੀ ਜਿਹੜਾ ਨਾ ਮੁਸ਼ਕਲਾਂ ਤਾਂ ਖੈਰ ਪਹਿਲੇ ਪਹਿਲ ਹੁੰਦੀਆਂ ਨਾ ਬੰਦੇ ਨੂੰ, ਜਿਸ ਵੇਲੇ ਨਹੀਂ ਪਤਾ ਹੁੰਦਾ ਕਿ ਹਾਂ ਮੈਂ ਸਟੂਡੀਓ ਕਿਹੜੇ ਪਾਸੇ ਨੂੰ ਜਾਣਾ ਆ, ਮੈਂ ਕਿਸ ਤਰ੍ਹਾਂ ਜਾ ਕੇ ਰਿਕਾਰਡਿੰਗ ਕਰਾਉਣੀ ਆ, ਕਿਸ ਤਰ੍ਹਾਂ ਜਾ ਕੇ ਕਈ ਲੋਕ ਝੱਕ ਜਾਂਦੇ ਨਾ। ਅਤੇ ਕਈਆਂ ਲੋਕਾਂ ਨੂੰ ਲਿਖਣ ਦਾ ਨਹੀਂ ਪਤਾ ਹੁੰਦਾ, ਜਿਨ੍ਹਾਂ ਨੂੰ ਲਿਖਣ ਦਾ ਪਤਾ ਹੁੰਦਾ ਉਹਨਾਂ ਦੀ ਆਵਾਜ਼ ਵੀ ਕਈਆਂ ਦੀ ਨਹੀਂ ਹੁੰਦੀ। ਅਤੇ ਤੁਹਾਨੂੰ ਕੀ ਮੁਸ਼ਕਲਾਂ ਪੇਸ਼ ਆਈਆਂ ਇੱਥੋਂ ਤੱਕ ਇਸ ਸਫ਼ਰ ਤੱਕ, ਇਸ ਸਫ਼ਰ ਦੇ ਦੌਰਾਨ? ਮੈਨੂੰ ਜਦੋਂ ਮੈਂ ਲਿਰਿਸਿਸਟ ਦੇ ਤੌਰ ਦੇ ਉੱਤੇ ਕੰਮ ਸ਼ੁਰੂ ਕੀਤਾ ਨਾ ਜੀ, ਮੈਨੂੰ ਕਾਫ਼ੀ ਜ਼ਿਆਦਾ ਮੁਸ਼ਕਲਾਂ ਪੇਸ਼ ਆਈਆਂ ਸੀ ਮੈਨੂੰ ਹੁਣ ਤੱਕ ਇੱਕ। ਮੈਂ ਤੁਹਾਨੂੰ ਛੋਟਾ ਜਿਹਾ, ਤੁਹਾਡੇ ਕੋਲ ਟਾਈਮ ਹੈ ਅਤੇ ਮੈਂ ਤੁਹਾਡੇ ਛੋਟਾ ਵਾਕਿਆ ਸੁਣਾਵਾਂ। ਸਰਦੀਆਂ ਦੀ ਰਾਤ ਸੀ ਜੀ, ਮੈਂ ਕਿਸੇ ਬੰਦੇ ਨੂੰ ਚਲਾ ਗਿਆ ਲਿਰਿਕਸ ਵੇਚਣ ਨਾ। ਉਹ ਬੰਦਾ ਮਤਲਬ ਪਾਕਿਸਤਾਨ ਦਾ ਇਸ ਟਾਈਮ ਸਹੀ ਪਾਪੂਲਰ ਨਾਂ ਆ, ਪੈਸੇ ਪੂਸੇ ਮਤਲਬ ਕਿ ਠੀਕ ਠਾਕ ਨਾ, ਨਾਂ ਬੜਾ ਵੱਡਾ ਉਹਦਾ ਗੁਲੂਕਾਰ ਦਾ ਨਾ। ਅਤੇ ਉਹਨੇ ਨਾ ਮੈਨੂੰ ਟਾਈਮ ਦੇ ਦਿੱਤਾ ਕਿ 2016-17 ਦੀ ਗੱਲ ਹੈ ਜੀ ਪ੍ਰੋਬੇਬਲੀ। ਅਤੇ ਜਿਹੜਾ ਨਾ ਉਹਨੇ ਮੈਨੂੰ ਟਾਈਮ ਦੇ ਦਿੱਤਾ ਕਿ ਯਾਰ ਤੂੰ ਆ ਜਾ, ਮੈਂ 3 ਵਜੇ ਨਾਲ, ਸਰਦੀਆਂ ਦੀ ਸ਼ਾਮ ਹੋਏ, 3 ਵਜੇ ਨਾਲ ਮੈਂ ਚਲਾ ਗਿਆ। ਅਤੇ ਉਹ ਮੈਂ ਗਿਆ, ਅੱਗੇ ਜਾ ਕੇ ਮੈਂ ਪਹਿਲੇ ਘਰ ਲੱਭਦਾ ਰਿਹਾ ਉਹਨਾਂ ਦਾ, ਉਹ ਘਰ ਲੱਭਦਿਆਂ ਮੈਨੂੰ 5 ਵੱਜ ਗਏ। ਫਿਰ ਜਦੋਂ 5 ਵੱਜ ਗਏ ਨਾ ਅਤੇ ਉਹਨਾਂ ਨੂੰ ਮੈਂ ਫੋਨ ਕੀਤਾ, ਉਹਨਾਂ ਨੇ ਮੈਨੂੰ ਮੇਰਾ ਪਹਿਲੇ ਫੋਨ ਨਹੀਂ ਚੁੱਕਿਆ। ਬਾਅਦ ਵਿੱਚ ਮੈਨੂੰ ਕਹਿੰਦੇ ਕਿ ਜਨਾਬ ਜਿਹੜਾ ਹੁਣ ਤੁਸੀਂ ਚਲੇ ਜਾਓ, ਅਸੀਂ ਤੁਹਾਨੂੰ ਜਿਹੜਾ ਟਾਈਮ ਨਹੀਂ ਦੇ ਸਕਦੇ, ਤੁਸੀਂ ਲੇਟ ਹੋ ਗਏ ਘੰਟਾ। ਹੁਣ ਮੈਂ ਲਾਹੌਰ ਦੇ ਵਿੱਚ ਨਵਾਂ ਨਵਾਂ ਸੀ, ਮੈਨੂੰ ਇਹਨਾਂ ਰਸਤਿਆਂ ਦਾ ਵੀ ਨਹੀਂ ਪਤਾ, ਮੈਨੂੰ ਕਿਸੇ ਬੰਦੇ ਨੇ ਨਾ ਪੁੱਠੇ ਰਸਤੇ ਪਾਤਾ ਲਾਹੌਰੀ ਨੇ। ਮੈਂ ਮੋਟਰਸਾਈਕਲ 'ਤੇ ਸੀ ਅਤੇ ਮੈਨੂੰ ਨਾ ਕਿਸੇ ਬੰਦੇ ਨੇ ਪੁੱਠੇ ਰਸਤੇ ਪਾਤਾ। ਸਰਦੀਆਂ ਦੇ ਵਿੱਚ ਤੁਹਾਨੂੰ ਪਤਾ 6-7 ਵਜੇ ਨਾਲ ਵੈਸੇ ਧੂੜ ਪੈ ਜਾਂਦੀ ਹੈ, ਅਤੇ ਉਹ ਮੈਂ ਪੁੱਠੇ ਰਸਤੇ ਪੈਂਦਾ ਪੈਂਦਾ ਕਿਤੇ ਕਸੂਰ ਵਾਲੀ ਸਾਈਡ ਨੂੰ ਨਿਕਲ ਗਿਆ। ਉਹ ਜਿਹੜੇ ਵਾਹਵਾ ਨਿਕਲ ਗਿਆ ਨਾ, ਮੈਨੂੰ ਇਹ ਸੀ ਕਿ ਯਾਰ ਪੰਧ ਘੱਟ ਹੀ ਆ ਅਤੇ ਚਲੋ ਜਿੰਨਾ ਕੁ ਪੈਟਰੋਲ ਆਇਆ ਮੈਂ ਪਹੁੰਚ ਜਾਣਾ ਹੈ, ਘਰ ਵੀ ਪਹੁੰਚ ਜਾਣਾ ਹੈ, ਅਤੇ ਮਤਲਬ ਕਿ ਟੈਂਕੀ ਦੇ ਵਿੱਚ ਪੈਟਰੋਲ ਵੀ ਬਚ ਜਾਣਾ। ਉਹ ਲੇਕਿਨ ਜਦੋਂ ਮੈਂ ਤੁਰਿਆ ਨਾ, ਵਾਹਵਾ ਹੀ ਤੁਰ ਪਿਆ, ਕਸੂਰ ਵਾਲੀ ਸਾਈਡ ਦੇ ਕਿਹਨੇ ਮੈਨੂੰ ਕੱਢ ਛੱਡਿਆ। ਉਹ ਜਿਹੜੀ ਰਾਤ ਆਣਾ ਜੀ ਉਹ ਨਹੀਂ ਭੁੱਲਦੀ। ਉਹ ਫਿਰ ਉਸ ਦਿਨ ਮੈਂ ਉਹ ਦੂਸਰੇ ਦਿਨ ਉਸ ਬੰਦੇ ਨੂੰ ਫੋਨ ਕਰਕੇ ਕਿਹਾ, ਮੈਂ ਕਿਹਾ ਇਸ ਰਾਤ ਦਾ ਮੈਂ ਤੇਰੇ ਕੋਲੋਂ ਇਨਸ਼ਾਅੱਲਾ ਅੱਲਾ ਖੈਰ ਖਰੀਏ ਰੱਖਣਾ, ਮੈਂ ਤੁਹਾਨੂੰ ਟੱਕਰ ਦਿਆਂਗਾ ਇਨਸ਼ਾਅੱਲਾ ਇਸ ਰਾਤ। ਚੈਲੰਜ ਬਣਾ ਲਿਆ। ਚੈਲੰਜ ਕੀ ਬਣਾਉਣਾ ਸੀ, ਚਲੋ ਹੈ ਤਾਂ ਮੇਰੇ ਨਾਲ ਸੀਨੀਅਰ ਹੀ, ਲੇਕਿਨ ਤੁਹਾਨੂੰ ਪਤਾ ਜਿਹੜੇ ਬੰਦੇ ਦੀ ਖੁਰੀ ਅੜ ਜਾਂਦੀ ਹੈ ਫਿਰ ਬੰਦਾ ਪੈ ਜਾਂਦਾ ਆ ਬੰਦੇ ਨੂੰ, ਅਗਲੇ ਨੂੰ। ਉਸ ਤੋਂ ਬਾਅਦ ਉਸ ਦਿਨ ਮੈਂ ਉਹ ਰਾਤ ਨਹੀਂ ਮੈਨੂੰ ਭੁੱਲਦੀ, ਉਹ ਮਤਲਬ ਰਾਤ ਸ਼ਾਮੀ 6 ਵਜੇ ਦਾ ਤੁਰਦਾ, ਸਵੇਰੇ 4 ਵਜੇ ਮੈਂ ਆਪਣੇ ਟਿਕਾਣੇ 'ਤੇ ਪਹੁੰਚਿਆ। ਮੈਨੂੰ ਗਲਤ ਪਾ ਲਿਆ ਕਿ ਨੇ, ਉੱਤੋਂ ਪੈਟਰੋਲ ਪੰਪ ਨਹੀਂ ਕੋਈ ਲੱਭਦਾ ਪਿਆ, ਉਸ ਰਸਤੇ 'ਤੇ ਪੈਟਰੋਲ ਪੰਪ ਕੋਈ ਨਹੀਂ। ਅਤੇ ਉਸ ਤੋਂ ਬਾਅਦ ਦੂਸਰੇ ਦਿਨ ਤੀਸਰੇ ਦਿਨ ਮੇਰੀ ਗੱਲ ਹੋਈ, ਉਸ ਬੰਦੇ ਨੇ ਮੈਨੂੰ ਆਪ ਹੀ ਕਾਲ ਕਰ ਦਿੱਤੀ, ਕਹਿੰਦਾ ਯਾਰ ਇਹ ਹੁਣ ਆ ਜਾ, ਮੈਂ ਫ੍ਰੀ ਹਾਂ। ਮੈਂ ਕਿਹਾ ਮੈਂ ਫ੍ਰੀ ਨਹੀਂ ਹਾਂ ਹੁਣ, ਹੁਣ ਮੈਂ ਜਿਹੜਾ ਜਿੰਨਾ ਜ਼ਲੀਲ ਹੋਇਆ ਨਾ, ਮੈਂ ਹੁਣ ਇਨਸ਼ਾਅੱਲਾ ਤੁਹਾਨੂੰ ਦੱਸਾਂਗਾ ਸਹੀ, ਕਿਸੇ ਦਿਨ ਮੈਂ ਤੁਹਾਨੂੰ ਦੱਸਾਂਗਾ ਪੂਰਾ ਕਿ ਮੈਨੂੰ ਤੂੰ ਕਿਸ ਤਰ੍ਹਾਂ ਦਲੀਲ ਕੀਤਾ ਸੀ ਉਸ ਦਿਨ। ਮਤਲਬ ਲੋਕ ਜਿਹੜਾ ਨਾ ਟੈਲੈਂਟ ਨੂੰ ਪ੍ਰਮੋਟ ਨਹੀਂ ਕਰਦੇ ਖੁਦ, ਕਈ ਵਾਰੀ ਪ੍ਰਮੋਟ ਤਾਂ ਖੈਰ ਕੀ ਕਰਨਾ ਇਹਨਾਂ ਲੋਕਾਂ ਨੇ, ਲੇਕਿਨ ਜਿਹੜੇ ਓਰੀਜਨਲੀ ਸਹੀ ਭਰਾ ਹੁੰਦੇ ਨਾ, ਜਿਸ ਤਰ੍ਹਾਂ ਮੇਰਾ ਵੱਡਾ ਭਾਈ, ਮੈਂ ਕਹਿੰਦਾ ਆਸਫ ਇਲਾਜ ਨੂੰ ਬਹੁਤ ਕਰਦਾ ਮੇਰੇ ਨਾਲ, ਹੁਣ ਤੱਕ ਲੱਗਿਆ ਹੋਇਆ ਮੇਰੇ ਵਾਸਤੇ। ਅਤੇ ਜਿਹੜਾ ਨਾ ਇਹਨਾਂ ਲੋਕਾਂ ਨੇ ਕੀ ਪ੍ਰਮੋਟ ਕਰਨਾ, ਜਿਹੜੇ ਦੂਸਰੇ ਇਹਨਾਂ ਦਾ ਇਹੋ ਹੀ ਆ ਕਿ ਜਿਹੜਾ ਠੀਕ ਆ ਸੁਣਿਆ ਜਾਇਦਾ ਫਕਰ ਹੈ, ਉਹ ਉਹਨਾਂ ਦਾ ਸਗੋਂ ਇਹ ਕੋਸ਼ਿਸ਼ ਹੁੰਦੀ ਹੈ ਕਿ ਯਾਰ ਨਾਪ ਹੀ ਲਵੋ ਕਿਸੇ ਤਰੀਕੇ, ਨਾਪ ਹੀ ਲਵੋ। ਕਈ ਵਾਰੀ ਲੋਕ ਅੰਡਰ ਐਸਟੀਮੇਟ ਵੀ ਕਰ ਜਾਂਦੇ ਨੇ ਕਿਸੇ ਨੂੰ, ਅਤੇ ਉਹ ਜਿਨ੍ਹਾਂ ਦੇ ਅੰਦਰ ਸ਼ੈਅ ਹੁੰਦੀ ਆ ਉਹ ਜ਼ਿੱਦ ਬਣਾ ਕੇ ਬਹਿੰਦੇ ਨੇ। ਅੱਛਾ ਇਹ ਦੱਸੋ ਕਿ ਤੁਹਾਡੇ, ਮੈਂ ਦੇਖਿਆ ਕਾਫੀ ਸਾਰੇ ਲੋਕ ਨਾ ਸਵਾਲ ਕਰਦੇ ਨੇ ਕਿ ਅਗਰ ਤੁਹਾਡੇ ਕੋਲ ਵੀਡੀਓ ਰਿਕਾਰਡ ਕਰਵਾਉਣੀ ਹੋਏ ਜਾਂ ਕੋਈ ਸੌਂਗ ਰਿਲੀਜ਼ ਕਰਵਾਉਣਾ ਹੋਏ ਤਾਂ ਉਹਦਾ ਕੀ ਤਰੀਕਾਕਾਰ ਹੈ ਤੁਹਾਡਾ, ਕੀ ਫੀਸ ਵਗੈਰਾ ਕੀ? ਸਰ ਫੀਸ ਵਗੈਰਾ ਤਾਂ ਹੁਣ ਆਪਣੇ ਉਹ ਕੀ ਕਹਿੰਦੇ ਨੇ, ਜਿੰਨਾ ਗੁੜ ਪਾਲੋ ਉਨਾ ਮਿੱਠਾ ਹੋਏਗਾ, ਆਪਣੇ ਪਸਲੀ ਦੀ ਗੱਲ ਹੈ। ਜੇ ਕੋਈ ਬੰਦਾ ਕਰਨਾ ਚਾਹੇ ਤਾਂ ਆਵਾਮ 50-60 ਹਜ਼ਾਰ ਰੁਪਏ ਦੇ ਵਿੱਚ ਵੀ ਆਪਣਾ ਕੰਮ ਨਿਬੇੜ ਲੈਂਦੀ ਆ ਆਡੀਓ ਵੀਡੀਓ ਦਾ, ਜਿਹੜੇ ਲਾਉਂਦੇ ਆ ਉਹ 5-5 ਲੱਖ ਰੁਪਏ ਵੀ ਲਾ ਲੈਂਦੇ ਨੇ। ਅਤੇ ਇਹ 'ਚ ਇਹੀ ਹੈ ਕਿ
ਹੁਣ ਔਨ ਸਕਰੀਨ ਦੱਸਣ ਵਾਲੀਆਂ ਗੱਲਾਂ ਵੀ ਨਹੀਂ ਨਾ। ਬਹਿਰ ਕੈਫੇ ਜਿਹੜੇ ਲੋਕ ਸਵਾਲ ਕਰਦੇ ਨੇ ਉਹਨਾਂ ਨੂੰ ਜਵਾਬ ਚਲਾ ਗਿਆ। ਅੱਛਾ ਤੁਸੀਂ ਇਹ ਦੱਸੋ ਕਿ ਤੁਹਾਡਾ ਜਿਹੜਾ ਨਾ ਖੁਦ ਆਪਣਾ ਫੇਵਰੇਟ ਸਿੰਗਰ ਕੀ ਹੈ, ਕਿਹੜਾ? ਸਰ ਮੈਂ ਮੈਡਮ ਨਾ ਆਪਦਾ ਪ੍ਰਵੀਨ ਹੈ, ਮੈਡਮ ਆਪਦਾ ਪ੍ਰਵੀਨ ਨੂੰ ਮੈਂ ਤੁਹਾਨੂੰ ਸੁਣ ਕੇ ਵੀ ਥੋੜ੍ਹੀ ਜਿਹੀ ਹੈਰਾਨੀ ਹੋਏਗੀ ਕਿ ਯਾਰ ਇਹ ਬੰਦਾ ਗਾਉਂਦਾ ਹੋ ਰਿਹਾ ਅਤੇ ਸੁਣਦਾ ਹੋ ਰਿਹਾ। ਮੈਂ ਉਹਨਾਂ ਨੂੰ ਬਹੁਤ ਸੁਣਨਾ ਮੈਡਮ ਆਪਦਾ ਪ੍ਰਵੀਨ ਨੂੰ, ਮੈਂ ਮਤਲਬ ਇਹੀ ਡਾਈ ਹਾਰਡ ਹਾਰਡ ਜਿਹੜੇ ਫੈਨ ਹੁੰਦੇ ਨੇ ਨਾ, ਮੈਂ ਉਹਨਾਂ ਦਾ ਉਹ ਹਾਂ ਕਿ ਮਤਲਬ ਮੇਰੀ ਮੁਲਾਕਾਤ ਨਹੀਂ ਹੋ ਸਕੀ ਇੱਕ ਦੋ ਵਾਰੀ, ਮਤਲਬ ਕਿ ਐਨ ਜੀ ਕੇ ਅੰਦਰ ਮੈਡਮ ਬੈਠੇ ਹੋਏ ਨਾ, ਮੈਂ ਬਾਹਰ ਬੈਠਾ ਹੋਇਆ ਉਹਨਾਂ ਦੇ ਵੇਟ ਦੇ ਵਿੱਚ, ਉਹਨਾਂ ਨੂੰ ਜਲਦੀ ਹੀ ਚਲੇ ਗਏ, ਇਹ ਵੀ ਬਹੁਤ ਪੁਰਾਣੀ ਗੱਲ ਹੈ, ਅਤੇ ਉਹ ਮੇਰੀ ਮੁਲਾਕਾਤ ਨਹੀਂ ਹੋ ਸਕੀ ਉਹਨਾਂ ਨਾਲ, ਲੇਕਿਨ ਮੈਂ ਬਹੁਤ ਵੱਡਾ ਫੈਨ ਉਹਨਾਂ ਦਾ ਜੀ। ਅਤੇ ਸਿੱਧੂ ਮੂਸੇ ਵਾਲੇ ਦੇ ਬਾਰੇ 'ਚ ਕੀ ਖਿਆਲ ਹੈ, ਉਹਦੇ ਤੋਂ ਕੋਈ ਮੁਤਾਸਰ ਹੈ? ਸਿੱਧੂ ਤੋਂ ਚਲੋ ਮੁਤਾਸਰ ਤਾਂ ਠੀਕ ਹੀ ਹੈ, ਬੰਦਾ ਮੁਤਾਸਰ ਤਾਂ ਚਲੋ ਕਹਿ ਲਓ, ਲੇਕਿਨ ਸਿੱਧੂ ਲੈਜੈਂਡਰੀ ਬੰਦਾ ਸੀ, ਲੈਜੈਂਡਰੀ ਆਦਮੀ ਸੀ ਉਹ, ਬਹੁਤ ਵੱਡਾ ਬੰਦਾ ਸੀ ਉਹ, ਮਤਲਬ ਉਹਨੇ ਗੇਮ ਹੀ ਪੂਰੀ ਚੇਂਜ ਕਰਕੇ ਰੱਖ ਛੱਡੀ, ਇੰਡਸਟਰੀ ਦਾ ਬਹਾਓ ਹੀ ਉਹਨੇ ਹੋਰ ਸਾਈਡ ਨੂੰ ਲੈ ਗਿਆ ਉਹ, ਅਤੇ ਬੜੇ ਕ੍ਰੀਏਟਿਵ, ਬਹੁਤ ਕ੍ਰੀਏਟਿਵ ਦਿਮਾਗ ਦਾ ਬੰਦਾ, ਇਹਨਾਂ ਨੇ ਬਹੁਤ ਗਲਤ ਕੀਤਾ ਉਹਦੇ ਨਾਲ, ਇੰਜ ਨਹੀਂ ਕਰਨਾ ਚਾਹੀਦਾ ਯਾਰ। ਉਹਦੀ ਸਿੰਗਿੰਗ ਦੇਖੀਏ ਤਾਂ ਉਹ ਨਾ ਆਪਣੇ ਮੁਆਸ਼ਰੇ ਨੂੰ ਕਾਫੀ ਕ੍ਰਿਟੀਸਾਈਜ਼ ਕਰਦਾ ਨਜ਼ਰ ਆਉਂਦਾ, ਤੁਸੀਂ ਕੀ ਸਮਝਦੇ ਹੋ ਕਿ ਤੁਸੀਂ ਆਪਣੇ ਆਪਣੀ ਸਿੰਗਿੰਗ ਵਿੱਚ ਉਹ ਚੀਜ਼ ਨੂੰ ਕ੍ਰੀਏਟ ਕਰਨ ਦੀ ਕੋਈ ਕੋਸ਼ਿਸ਼ ਕਰ ਸਕਦੇ ਹੋ? ਸਰ ਕ੍ਰਿਟੀਸਿਜ਼ਮ ਜਿਸਲੇ ਬੰਦਾ ਕੋਈ ਚੀਜ਼ ਝੱਲਦਾ ਨਾ ਤਾਂ ਆਟੋਮੈਟਿਕਲੀ ਬੰਦਾ ਉਹ ਚੀਜ਼ ਲਿਖਦਾ ਆ, ਉਹ ਚੀਜ਼ਾਂ ਝੱਲੀਆਂ ਹੀ ਉਹਨੇ ਇੱਕ ਤਾਂ ਸਿਆਸਤ ਦੇ ਵਿੱਚ ਆਇਆ, 295 ਜਿਹੜਾ ਗਾਣਾ ਸੀ ਉਹਦਾ ਸਿਆਸਤ ਦੇ ਵਿੱਚ ਆਇਆ, ਉਹਨੇ ਜਿਹੜੀਆਂ ਚੀਜ਼ਾਂ ਦੇਖੀਆਂ ਫੇਸ ਕੀਤੀਆਂ, ਇੱਕ ਆਰਟਿਸਟ ਕੋਲ ਸਭ ਤੋਂ ਵੱਡਾ ਮੀਡੀਅਮ ਹੁੰਦਾ ਉਹਦੀ ਆਰਟ, ਉਹਨੇ ਉਹ ਕੱਢ ਕੇ ਦੱਸ ਦਿੱਤੀ ਲੋਕਾਂ ਨੂੰ, ਹੁਣ ਲੋਕਾਂ ਨੂੰ ਅੱਗੇ ਚੰਗੀ ਲੱਗੀ, ਕਈਆਂ ਨੂੰ ਚੰਗੀ ਲੱਗੀ, ਕਈਆਂ ਸਿਆਸਤਦਾਨਾਂ ਨੂੰ ਮਾੜੀ ਵੀ ਲੱਗੀ ਉਹਦੀ ਇਹ ਚੀਜ਼, ਅਤੇ ਰਲਾ ਮੇਲਾ ਹੀ ਹੁੰਦਾ ਕਿ ਰਲਾ ਮੇਲਾ ਕਰ ਕਰਾ ਕੇ ਇਹਨਾਂ ਨੇ ਜਨਾਬ ਉਹਦੇ ਵਾਲਾ ਕੰਮ ਕਰਾ ਰਿਹਾ ਵਿਚਾਰੇ ਵਾਲਾ, ਬਾਕੀ ਰੀਅਲ ਆਰਟਿਸਟ ਉਹੀ ਹੈ ਕਿ ਜਿਹੜਾ ਅੰਦਰ ਦੀ ਚੀਜ਼ ਫੀਲਿੰਗ ਬਾਹਰ ਕੱਢਦਾ। ਅੱਛਾ ਮੈਂ ਕਾਫੀ ਗੌਰ ਕੀਤੀ ਹੈ ਇਸ ਗੱਲ 'ਤੇ, ਤੁਸੀਂ ਆਪਣੇ ਗਾਣਿਆਂ ਵਿੱਚ ਜਿਹੜਾ ਨਾ ਕਲਾਸ਼ਨਕੋਫ ਕਲਚਰ ਬੜਾ ਪ੍ਰਮੋਟ ਕਰਦੇ ਹੋ, ਗੰਨਾ ਪਿਸਟਲ ਇਹ ਚੀਜ਼ਾਂ, ਅਤੇ ਤੁਸੀਂ ਕੀ ਸਮਝਦੇ ਹੋ ਕਿ ਮੁਆਸ਼ਰੇ 'ਤੇ ਇਹਦੇ ਤੋਂ ਕੋਈ ਬੁਰਾ ਅਸਰ ਨਹੀਂ ਪੈਂਦਾ? ਮੁਆਸ਼ਰੇ ਦਾ ਬੁਰਾ ਅਸਰ ਮੇਰੇ 'ਤੇ ਪੈ ਗਿਆ, ਸਾਡੇ ਕਲਚਰ ਦੇ ਵਿੱਚ ਇਹ ਚੀਜ਼ ਕਲਾਸ਼ਨਕੋਫ ਸਾਡੀ ਜਿਹੜੀ ਆ ਨਾ, ਮਤਲਬ ਚਲੋ ਕਈ ਲੋਕ ਤਾਂ ਇਹਨੂੰ ਬੁਰਾ ਵੀ ਸਮਝਣਗੇ, ਲੇਕਿਨ ਐਕਚੁਅਲੀ ਜਿਹੜਾ ਨਾ ਮਾਦਰ ਪਿਧਰੀ ਹੈ ਇੱਕ ਹਿਸਾਬ ਦੀ ਕਲਾਸ਼ਨਕੋਫ ਕਲਚਰ, ਇੱਕ ਤਾਂ ਸਾਡੇ ਦੀਨ ਦੇ ਵਿੱਚ ਵੀ ਇਜਾਜ਼ਤ ਹੈ ਕਿ ਹਥਿਆਰ ਜਿਹੜਾ ਨਾ ਰੱਖਣਾ, ਹਥਿਆਰ ਜਿਹੜਾ ਨਾ ਮੁਮਨ ਦਾ ਜ਼ੇਵਰ ਹੈ, ਦੂਸਰੇ ਨੰਬਰ ਦੇ ਉੱਤੇ ਸਾਡਾ ਕੋ ਥੋੜ੍ਹਾ ਜਿਹਾ ਕਲਚਰ ਵੀ ਇਹੋ ਜਿਹੀ ਹੈ ਸਾਡੇ ਮੁਲਕ ਦਾ, ਅਤੇ ਇਹਦੇ 'ਚ ਮੇਰਾ ਨਹੀਂ ਖਿਆਲ ਕਿ ਯਾਰ ਅਗਰ ਹਥਿਆਰ ਨੂੰ ਤੁਸੀਂ ਅਗਰ ਸਹੀ ਡਾਇਰੈਕਸ਼ਨ ਨੂੰ ਯੂਜ਼ ਕਰਦੇ ਹੋ ਨਾ ਆਪਣੇ ਹਿਫਾਜ਼ਤ ਵਾਸਤੇ ਜਾਂ ਆਪਣੇ ਸ਼ੌਕ ਦੀ ਖਾਤਰ, ਅਤੇ ਉਹ ਨੁਕਸਾਨ ਉਹਨੇ ਕਿਹੜਾ ਵਿਚਾਰੇ ਨੇ ਆਪ ਟ੍ਰਿਗਰ ਦੱਬ ਦੇਣਾ ਅਤੇ ਉਹਨੇ ਕਹਿਣਾ ਆ ਫਲਾਣਾ ਫਲਾਣਾ ਬੰਦਾ ਅਤੇ ਇਹਨੂੰ ਮੈਂ ਖਤਮ ਕਰ ਦੇਣਾ, ਉਹ ਤੁਸੀਂ ਆਪ ਚਲਾਉਣਾ, ਆਪੇ ਹੀ ਤੁਸੀਂ ਜਿਹੜਾ ਨਾ ਉਹਨੂੰ ਯੂਟੀਲਾਈਜ਼ ਕਰਨਾ ਆ ਜਿੱਧਰ ਨੂੰ ਮਰਜ਼ੀ ਕਰ ਲਓ। ਹੁਣ ਕਈ ਲੋਕ ਮਤਲਬ ਕਿ ਇਹ ਡਰੱਗਸ ਜਿਹੜੇ ਨਾ ਇਹ ਬਣੇ ਤਾਂ ਇਨਸਾਨ ਦੇ ਫਾਇਦੇ ਵਾਸਤੇ ਹੀ, ਕਿ ਮਤਲਬ ਕੋਈ ਟ੍ਰੀਟਮੈਂਟ ਵਾਸਤੇ, ਕਦੀ ਸਿਹਤ ਦੀ ਅਗਰ ਕੋਈ ਇਸ਼ੂਜ਼ ਹੈ ਨਾ ਤਾਂ ਉਹ ਉਹਨੂੰ ਸਲਿਊਟ ਕਰ ਲਏ, ਲੇਕਿਨ ਹੁਣ ਕਈ ਲੋਕ ਉਹਨੂੰ ਓਵਰ ਡਰੱਗ ਕਰਕੇ ਉਹਨੂੰ ਨਸ਼ਾ ਬਣਾ ਕੇ ਬੈਠੇ ਹੋਏ ਨਾ, ਹਰ ਚੀਜ਼ ਦਾ ਇੱਕ ਬੈਨੀਫਿਟ ਵੀ ਹੈ ਇੱਕ ਨੁਕਸਾਨ ਵੀ ਹੈ, ਹੁਣ ਤੁਸੀਂ ਕਿਹੜੇ ਪਾਸੇ ਨੂੰ ਲੈ ਕੇ ਜਾਂਦੇ ਉਹਨੂੰ, ਇਹ ਆਪਣੀ ਮਰਜ਼ੀ ਹੁੰਦੀ ਹੈ। ਅੱਛਾ ਇਸ ਤੋਂ ਇਲਾਵਾ ਜਿਹੜਾ ਤੁਹਾਡੀ ਫੀਲਡ ਹੈ ਇਹਦੇ ਕੀ ਇਹਦਾ ਕੀ ਪ੍ਰੋਸੈਸ ਹੈ, ਤੁਸੀਂ ਅਗਰ ਮਤਲਬ ਕਿ ਇਹਨੂੰ ਕੋਈ ਰਿਕਾਰਡਿੰਗ ਨੂੰ ਲੈ ਕੇ ਚੱਲਦੇ ਹੋ ਜਾਂ ਕੋਈ ਗਾਣਾ ਰਿਕਾਰਡ ਕਰਦੇ ਹੋ ਤਾਂ ਫਿਰ ਉਹਦਾ ਕੀ ਇੱਕ ਪ੍ਰੋਸੈਸ ਕੀ ਹੁੰਦਾ ਕੋਈ ਸ਼ਾਰਟ? ਮੈਨੂੰ ਬਹੁਤ ਚੰਗਾ ਸਵਾਲ ਤੁਸੀਂ ਪੁੱਛਿਆ, ਰਿਲੇਟਡ ਸਵਾਲ ਹੈ। ਟਿਕਟੋਕ ਦੇ ਉੱਤੇ ਕਾਫੀ ਕਮੈਂਟਸ ਆਉਂਦੇ ਨੇ, ਇੰਸਟਾਗ੍ਰਾਮ ਦੇ ਉੱਤੇ ਲੋਕਾਂ ਦੇ ਬਹੁਤ ਜ਼ਿਆਦਾ ਮੈਸੇਜਿਸ ਆਉਂਦੇ ਨੇ, ਮਤਲਬ ਡੇਲੀ ਦੇ ਕੋਈ 50-60 ਮੈਸੇਜਿਸ ਆਉਂਦੇ ਹੀ ਆਉਂਦੇ ਨੇ। ਮੈਂ ਗਾਣੇ ਲਿਖੇ ਹੋਏ ਨੇ, ਮੈਂ 1000 ਗਾਣਾ ਲੈ ਲਿਆ, ਮੈਂ 500 ਗਾਣਾ ਲੈ ਲਿਆ, ਮੈਂ 18,000 ਗਾਣਾ ਲੈ ਲਿਆ, ਇੰਜ ਕਰਕੇ ਲੋਕ ਕਹਿੰਦੇ ਨੇ, ਮਤਲਬ 1000 ਤੋਂ ਥੱਲੇ ਤਾਂ ਆਉਂਦਾ ਹੀ ਕੋਈ ਨਹੀਂ ਯਾਰ। ਮੈਨੂੰ 2.5-3 ਸਾਲ ਹੋ ਗਏ ਨਾ, 4 ਸਾਲ ਹੁਣ ਕੰਮ ਕਰਦਿਆਂ, ਮੈਂ ਨਹੀਂ 1000 ਗਾਣਾ ਲਿਖਿਆ ਹੋਣਾ ਹੁਣ ਤੱਕ, ਠੀਕ ਹੈ। ਮੈਂ ਚਲੋ ਬੜਾ ਵੀ ਲੈ ਲਿਆ, 7-800 ਗਾਣਾ ਲਿਖ ਲਿਆ ਹੈਗਾ। ਜਿਹੜੇ ਬੱਚੇ ਨੂੰ ਜਿਹੜਾ ਕੋਈ 6ਵੀਂ ਜਮਾਤ ਦਾ ਵੀ ਬੱਚਾ ਨਾ, ਉਹਨੂੰ ਉਹ ਵੀ ਮੈਸੇਜ ਕਰੇਗਾ, ਜਨਾਬ ਮੈਂ ਤਾਂ 1000 ਗਾਣਾ ਲਿਖ ਬੈਠਾ, ਤੇਰਾ ਭਲਾ ਜੇ ਤੂੰ ਕੀ ਕਰਨਾ ਆ 1000 ਗਾਣਾ, ਤਾਂ ਮਤਲਬ ਗਾਣਾ ਰੋਟੀ ਡੱਟ ਨਹੀਂ ਗਾਉਂਦਾ, ਤੂੰ ਸਿਰਫ ਗਾਣੇ ਲਿਖਣਾ। ਅਤੇ ਇਹ ਨਹੀਂ ਜ਼ਰੂਰੀ ਹੁੰਦਾ ਕਿ ਗਾਣਾ ਤੁਹਾਡੇ ਕੋਲ ਲਿਖਿਆ ਪਿਆ, ਉਹਦੇ 'ਚ ਬਹੁਤ ਚੀਜ਼ਾਂ ਮੈਟਰ ਕਰਦੀਆਂ। ਹਾਂ, ਜਿਹੜਾ ਤੁਸੀਂ ਲਿਖਦੇ ਹੋ ਤੁਸੀਂ ਉਹ ਕੰਟੈਂਟ ਦੀ ਕੀ, ਮਤਲਬ ਸਟਰੋਂਗ ਆ ਕੰਟੈਂਟ, ਉਹ ਸਹੀ ਲਿਖਿਆ ਹੋਇਆ ਜਾਂ ਬਿਲ ਬਤੌੜੀ ਵਾਹ ਕੇ ਖਤਮ ਕੀਤਾ ਹੋਇਆ ਕੰਮ, ਉਸ ਤੋਂ ਬਾਅਦ ਤੁਹਾਡਾ ਗਲਾ ਤੁਹਾਡਾ ਸਾਥ ਦਿੰਦਾ ਆ, ਤੁਸੀਂ ਕੰਪੋਜ਼ ਕਰ ਸਕਦੇ ਹੋ ਉਹਨੂੰ। ਉਸ ਤੋਂ ਬਾਅਦ ਇੱਕ ਹੋਰ ਚੀਜ਼ ਬੜਾ ਮੈਟਰ ਕਰਦੀ ਹੈ, ਗਲਾ ਪਲੱਸ ਪੈਸਾ, ਤੁਸੀਂ ਉਹਦੇ 'ਤੇ ਇਨਵੈਸਟ ਕਿੰਨਾ ਕਰ ਸਕਦੇ ਹੋ? ਕਈ ਲੋਕ ਹੁਣ ਕਹਿੰਦੇ ਨਾ, ਉਹ ਜਨਾਬ ਤੁਸੀਂ ਇੱਕ ਵਾਰੀ ਜਿਹੜਾ ਨਾ ਸਾਡੇ ਦਾਦੇ ਖੇਡ ਕੇ ਦੇਖੋ, ਅਸੀਂ ਦੇਖੋ ਜਿਹੜਾ ਨਾ ਕਰਨੇ ਕੀ ਆ, ਕੋਈ ਕੱਖ ਨਹੀਂ ਕਰ ਸਕਦਾ,
ਕੋਈ ਕੱਖ ਵੀ ਨਹੀਂ ਕਰ ਸਕਦਾ ਅਸੀਂ ਕੀ ਕੀਤਾ ਹੁਣ ਤੱਕ ਮੈਂ ਸ਼ੁਕਰ ਅਲਹਮਦੁਲਿਲਾ ਠੀਕ ਠਾਕ ਆ ਨਿਜ਼ਾਮ ਹੁਣ ਨਾ ਸ਼ਾਂ ਵੀ ਬਣਿਆ ਹੋਇਆ ਪੰਜਾਬ ਲੈਵਲ 'ਤੇ ਅਸੀਂ ਕੀ ਕਰ ਲਿਆ ਹੁਣ ਤੱਕ ਕੋਈ ਕੱਖ ਨਹੀਂ ਕਰ ਸਕਦਾ ਅਗਰ ਤੁਸੀਂ ਆਪਣੇ ਆਪ 'ਤੇ ਇਨਵੈਸਟ ਨਹੀਂ ਨਾ ਕਰ ਸਕਦੇ ਤਾਂ ਤੁਹਾਡੇ ਨਾਲੋਂ ਵੱਡਾ ਮੁਨਾਫਾ ਕੋਈ ਨਹੀਂ ਠੀਕ ਹੈ ਮਤਲਬ ਉਸ ਬੰਦੇ ਦਾ ਕੀ ਹੈ ਕਿ ਜਿਹੜਾ ਬੰਦਾ ਆਪਣੇ ਆਪ ਦੇ ਆਪਣੇ ਆਪ ਨਾਲ ਵੀ ਮੁਨਾਫਕਤ ਕਰਦਾ ਪਿਆ ਕਿ ਮੈਂ ਆਪਣੇ ਅਤੇ ਆਪਣੀ ਕਾਮਯਾਬੀ ਦੀ ਤਰਫ ਤੁਰਨਾ ਆ ਮੈਂ ਕਿਸੇ ਦਾ ਪੈਸਾ ਲਾ ਲਾਂ ਠੀਕ ਹੈ ਪੈਸਾ ਲਾਉਂਦੀ ਹੈ ਇੰਡਸਟਰੀ ਪੈਸਾ ਤੁਹਾਡੇ ਇੰਡਸਟਰੀ ਲਾਉਂਦੀ ਹੈ ਮੇਰੇ 'ਤੇ ਲਾਉਂਦੇ ਪੈਣਾ ਹੁਣ ਲੇਕਿਨ ਉਹ ਕੁਛ ਕਰਕੇ ਦੱਸਣੇ ਪੈਂਦਾ ਆ ਕਿ ਹਾਂ ਬਈ ਮੈਂ ਇਹ ਹਾਂ ਇੰਨਾ ਕੁ ਦਮ ਹੈ ਆ ਦੇਖ ਲਓ ਅਗਰ ਤੁਸੀਂ ਚਲਾਉਣਾ ਤਾਂ ਚਲਾ ਲਓ ਠੀਕ ਹੈ ਅੱਛਾ ਇਹ ਦੱਸੋ ਤੁਹਾਡੀ ਕੋਈ ਇੱਕ ਪਰਸਨਲ ਲੈਵਲ ਦਾ ਸਵਾਲ ਹੈ ਕਿ ਇਸ ਇੰਡਸਟਰੀ ਵਿੱਚ ਇਸ਼ਕ ਮੁਆਸ਼ਕੇ ਦੇ ਬੜੇ ਚਰਚੇ ਹੁੰਦੇ ਨੇ ਅਤੇ ਤੁਹਾਨੂੰ ਵੀ ਕੋਈ ਇਸ਼ਕ ਹੋਇਆ ਇਸ਼ਕ ਜਨਾਬ ਮੈਨੂੰ ਮੈਨੂੰ ਰੋਜ਼ ਹੀ ਹੁੰਦਾ ਇਸ਼ਕ ਜਿਹੜਾ ਰੋਜ਼ ਹੋ ਜਾਵੇ ਉਹ ਇਸ਼ਕ ਤਾਂ ਨਹੀਂ ਹੁੰਦਾ ਪਤਾ ਨਹੀਂ ਹੁਣ ਕੀ ਹੁੰਦਾ ਪਰ ਹੁੰਦਾ ਰੋਜ਼ ਹੀ ਆ ਮਤਲਬ ਬਚੇ ਪਏ ਹੋ ਸਾਹਿਬ ਮੈਂ ਮੇਰਾ ਜਿਹੜਾ ਉਹ ਹੀ ਨਹੀਂ ਹੈ ਇੱਕ ਹੁੰਦਾ ਨਾ ਬੰਦੇ ਦੀ ਇੰਟੈਂਸ਼ਨਸ ਹੁੰਦੀਆਂ ਨੇ ਉੱਧਰਲੀ ਸਾਈਡ ਨੂੰ ਮੇਰਾ ਮੇਰਾ ਫਲੋ ਹੀ ਹੋਰ ਹੈ ਮੈਂ ਇੱਕ ਅੱਧਾ ਇਸ਼ਕ ਕਰਕੇ ਹੁਣ ਤਾਂ ਕਿੰਨਾ ਕੁ ਰੋ ਪਿੱਟ ਲੈਂਦਾ ਨਾ ਕਿ ਮੇਰਾ ਹੁਣ ਦੂਸਰਾ ਇਸ਼ਕ ਕਰਨਾ ਹੀ ਨਹੀਂ ਦਿਲ ਹੀ ਨਹੀਂ ਕਰਦਾ ਮੇਰਾ ਨਾ ਫਲੋ ਹੋਰ ਹੈ ਸਾਹਿਬ ਮੈਂ ਨਾ ਮੇਰੇ ਗਾਣਿਆਂ ਦਾ ਤਰੀਕਾਕਾਰ ਹੋਰ ਹੈ ਮੇਰੀ ਬੈਠਣੀ ਉੱਠਣੀ ਵੀ ਹੋਰ ਹੈ ਅਤੇ ਉਹ ਜਿਹਾ ਮੈਂ ਬੰਦਾ ਹੈ ਨਹੀਂ ਵੈਸੇ ਹੋ ਸਕਦਾ ਲੱਗਦਾ ਹੋ ਸਕਦਾ ਤੁਹਾਨੂੰ ਵੀ ਲੱਗਦਾ ਵਾ ਜਿਹੜਾ ਤੁਸੀਂ ਮੇਰੇ ਕੋਲ ਪੁੱਛ ਲਿਆ ਲੇਕਿਨ ਮੈਂ ਉਹੋ ਜਿਹਾ ਬੰਦਾ ਨਹੀਂ ਹਾਂ ਨਹੀਂ ਮਾਸ਼ਾਅੱਲਾ ਤੁਸੀਂ ਬੜੇ ਅੱਛਾ ਇਹ ਦੱਸੋ ਕਿ ਇਸ ਸਫ਼ਰ ਵਿੱਚ ਬਿਲਕੁਲ ਜਿਹੜਾ ਨਾ ਇੰਡਸਟਰੀ ਨਾਲ ਕੋਈ ਤਲਕ ਨਹੀਂ ਸੀ ਖਾਨਦਾਨ ਦਾ ਕਿਸੇ ਦਾ ਕੋਈ ਤਲਕ ਨਹੀਂ ਸੀ ਫੈਮਿਲੀ 'ਚ ਕੋਈ ਤਲਕ ਨਹੀਂ ਸੀ ਔਰ ਖੁਦ ਹੀ ਇਹ ਸਾਰਾ ਸਫ਼ਰ ਇਕੱਲਿਆਂ ਤੈਅ ਕੀਤਾ ਇਹ ਸਾਰੇ ਸਫ਼ਰ ਵਿੱਚ ਜਿਹੜਾ ਘਰ ਵਾਲਿਆਂ ਦੀ ਸਪੋਰਟ ਕਿੰਨੀ ਕੁ ਰਹੀ ਹੈ ਇਕੱਲੇ ਇਕੱਲਿਆਂ ਤੈਅ ਕੀਤਾ ਨਾ ਅਤੇ ਘਰ ਵਾਲੇ ਸਪੋਰਟ ਤਾਂ ਚਲੋ ਜਿਹੋ ਜਿਹੀ ਹੁੰਦੀ ਹੈ ਸਾਡੇ ਇਲਾਕੇ ਦੇ ਵਿੱਚ ਜਾਂ ਸਾਡੇ ਮੁਆਸ਼ਰੇ ਦੇ ਵਿੱਚ ਹੁਣ ਮਿਡਲ ਕਲਾਸ ਫੈਮਿਲੀ ਨੇ ਕਿੰਨਾ ਕੁ ਸਪੋਰਟ ਕਰ ਲੈਣਾ ਆ ਅਤੇ ਬਾਕੀ ਇਹ ਹੈ ਕਿ ਸਪੋਰਟਸ ਪਾਰਟ ਭਾਵੇਂ ਨਹੀਂ ਕੀਤਾ ਪਰ ਘਰ ਵਾਲੇ ਨਜ਼ਾਰੇ ਲੈਂਦੇ ਪੈਣਾ ਹੁਣ ਫੁੱਲ ਸਵਾਦ ਲੈਂਦੇ ਪੈਣਾ ਫੁੱਲ ਆ ਸਾਰੇ ਮਤਲਬ ਸ਼ੁਕਰ ਅਲਹਮਦੁਲਿਲਾ ਭਰਾ ਵੀ ਠੀਕ ਠਾਕ ਹੋ ਗਏ ਜਦੋਂ ਨਵਾਂ ਨਵਾਂ ਇਹ ਸ਼ੌਕ ਚੜ੍ਹਿਆ ਘਰ ਵਾਲਿਆਂ ਨੇ ਮੁਖਾਲਫਤ ਤਾਂ ਕੀਤੀ ਹੋਏਗੀ ਮੁਖਾਲਫਤ ਵੀ ਹੁੰਦੀ ਹੈ ਆਪਣੇ ਰਿਸ਼ਤੇਦਾਰ ਬਹੁਤ ਹੀ ਮੁਖਾਲਫਤ ਕਰਦੇ ਨੇ ਚਲੋ ਘਰ ਵਾਲਿਆਂ ਨੇ ਅਤੇ ਮੇਰੇ ਜ਼ਾਤੀ ਅੱਬੂ ਹੋਣਾਂ ਨੇ ਵੀ ਚਲੋ ਜੋ ਕਰਨਾ ਸੀ ਮਤਲਬ ਗਾਲਮਾਲ ਤਾਂ ਉਹਨਾਂ ਨੇ ਕੀਤੀ ਲੇਕਿਨ ਰਿਸ਼ਤੇਦਾਰ ਬੜਾ ਸ਼ੁਰੂ ਸ਼ੁਰੂ 'ਚ ਨਾ ਕ੍ਰਿਟੀਸਾਈਜ਼ ਕਰਦੇ ਨੇ ਕਿ ਇਹਨੇ ਕਿੱਧਰ ਨੂੰ ਤੁਰ ਪਿਆ ਕੀ ਕੀਤਾ ਇਹਨੇ ਇੰਜ ਕਰਤਾ ਉਂਝ ਕਰਤਾ ਬਾਅਦ ਵਿੱਚ ਉਹ ਰਿਸ਼ਤੇਦਾਰ ਜਿਹੜੇ ਆ ਨਾ ਤੁਹਾਨੂੰ ਕਹਿੰਦੇ ਨੇ ਕਿ ਯਾਰ ਸਾਡੇ ਲਾਗੇ ਆ ਕੇ ਬਹਿੰਦਾ ਹੀ ਨਹੀਂ ਤੂੰ ਇੱਧਰ ਆ ਤਾਂ ਸਹੀ ਯਾਰ ਫਲਾਣੇ ਬੰਦੇ ਨਾਲ ਗੱਲ 'ਤੇ ਕਰ ਇਹ ਵੀਡੀਓ ਕਾਲ 'ਤੇ ਕਰ ਅਤੇ ਯਾਰ ਜਿਸ ਵੀ ਰਸਤੇ ਨੂੰ ਤੁਰੋਗੇ ਪਹਿਲੇ ਕ੍ਰਿਟੀਸਿਜ਼ਮ ਬਰਦਾਸ਼ਤ ਕਰਨੇ ਹੀ ਪੈਣਾ ਆ ਇਹ ਮੇਰੀ ਜ਼ਿੰਦਗੀ ਦਾ ਨਿਚੋੜ ਆ ਮੱਤ ਦਿੰਦਾ ਪਿਆ ਹੈ ਕਿ ਜਿਸ ਵੀ ਰਸਤੇ ਨੂੰ ਤੁਰੋਗੇ ਨਾ ਇੱਕ ਵਾਰੀ ਲੋਕਾਂ ਨੇ ਤੁਹਾਡੇ 'ਤੇ ਉਂਗਲੀ ਪੁਆਇੰਟ ਆਊਟ ਕਰਨੀ ਹੀ ਕਰਨੀ ਹੈ ਕਿ ਯਾਰ ਇਹ ਗਲਤ ਕਰਦਾ ਪਿਆ ਅੱਛਾ ਹੁਣ ਤੁਹਾਡਾ ਅੱਗੇ ਟਾਰਗੇਟ ਕੀ ਹੈ ਆਪਣੇ ਜ਼ਿਹਨ 'ਚ ਇੱਕ ਹੋਏਗਾ ਨਾ ਕਿ ਇਹ ਮੇਰੀ ਮੰਜ਼ਿਲ ਹੈ ਸਭ ਮੰਜ਼ਿਲ ਦਾ ਤਾਂ ਇੱਕ ਮਿੰਟ ਦਾ ਵੀ ਨਹੀਂ ਪਤਾ ਸਿੱਧੂ ਐਡਾ ਕੁਛ ਕਰਕੇ ਗਿਆ ਕਿੱਡਾ ਵੱਡਾ ਨਾਂ ਪੈਦਾ ਕਰ ਗਿਆ ਇਸ ਦੁਨੀਆਂ ਦੇ ਉੱਤੇ ਮਤਲਬ ਕਿ ਇੱਕ ਛੋਟੇ ਜਿਹੇ ਘਰ ਤੋਂ ਉੱਠ ਕੇ ਕਿੰਨੀ ਅਰਬਾਂ ਮੇਰਾ ਖਿਆਲ ਜਿਸ ਵੇਲੇ ਮਰਿਆ ਉਹਦੀ ਅਰਬਾਂ ਦੇ ਵਿੱਚ ਹੋਣੀ ਹੈ ਪ੍ਰੋਪਰਟੀ ਅਤੇ ਉਹਨੇ ਵੀ ਕੁਛ ਗੋਲਸ ਰੱਖੇ ਹੋਣਗੇ ਟਾਰਗੇਟਸ ਰੱਖੇ ਹੋਣਗੇ ਆਪਣੀ ਜ਼ਿੰਦਗੀ ਦੇ ਲੇਕਿਨ ਚਲੋ ਇਹ ਹੈ ਕਿ ਇੰਨਾ ਘਰ ਹੁੰਦਾ ਕਿ ਯਾਰ ਅੱਜ ਇਹ ਕਿਹੜਾ ਗਾਣਾ ਕਰ ਲਿਆ ਕੱਲ੍ਹ ਨੂੰ ਇਹ ਕਿਹੜਾ ਗਾਣਾ ਕਰਾਂਗੇ ਇੱਕ ਦੋ ਫਿਲਮਾਂ ਦੀ ਗੱਲਬਾਤ ਚੱਲਦੀ ਪਈ ਹੈ ਲੀਡ ਰੋਲ ਦੇ ਉੱਤੇ ਤਾਂ ਚਲੋ ਅਸੀਂ ਸਾਡੀ ਸ਼ਕਲ ਹੀ ਹੈ ਨਹੀਂ ਲੀਡ ਰੋਲ 'ਤੇ ਆਉਣ ਵਾਲੀ ਲੇਕਿਨ ਚਲੋ ਇਹ ਹੈ ਕਿ ਪ੍ਰੋਡਕਸ਼ਨ ਵਾਲੀ ਸਾਈਡ ਤੋਂ ਜਾਂ ਸਿੰਗਿੰਗ ਵਾਲੀ ਸਾਈਡ ਤੋਂ ਚਲੋ ਜਿੰਨਾ ਘਰ ਹੋ ਸਕੇਗਾ ਫਿਲਮਾਂ ਵਾਸਤੇ ਇਨਸ਼ਾਅੱਲਾ ਕਰਨਾ ਪਿਆ ਮੈਂ ਇਨਸ਼ਾਅੱਲਾ ਬਹੁਤ ਜਲਦ ਜਿਹੜਾ ਨਾ ਤੁਹਾਨੂੰ ਇਹ ਵੀ ਖੁਸ਼ਖਬਰੀ ਦਿਆਂ ਮੈਂ ਅੱਛਾ ਤੁਹਾਡਾ ਜਿਹੜਾ ਨਾ ਆਪਣਾ ਫੇਵਰੇਟ ਗਾਣਾ ਕਿਹੜਾ ਦਿਲਜੀਤ ਦੁਸਾਂਝ ਦਾ ਗਾਣਾ ਹੈ ਯਕਦਮ ਹੀ ਮੇਰੇ ਜ਼ਿਹਨ ਦੇ ਵਿਚਾਰ ਰੱਖ ਹੌਸਲਾ ਨੀ ਮਾਏ ਮੇਰਾ ਕਰ ਨਾ ਤੂੰ ਦੁੱਖ ਪੱਤੇ ਚੜ੍ਹਦੇ ਹੀ ਰਹਿੰਦੇ ਕਦੇ ਸੁੱਕਦੇ ਨਾ ਰੁੱਖ ਮੈਨੂੰ ਮਿਲਿਆ ਨੀ ਕਦੇ ਤੇਰੀ ਗੋਦੀ ਜਿਹਾ ਸੁੱਖ ਨੀ ਮੈਂ ਜਿੰਨੀ ਵਾਰੀ ਮੁੜਾਂ ਮੈਨੂੰ ਮਿਲੇ ਤੇਰੀ ਕੁੱਖ ਮੇਰੀ ਗੰਗਾ ਮੇਰੀ ਮਾਂ ਦੇ ਦੋਵੇਂ ਪੈਰ ਹੋ ਗਏ ਮੈਨੂੰ ਉਹਨਾਂ ਵਿੱਚ ਰੋੜਿਓ ਖੁਦਾ ਕਰਕੇ ਨੀ ਮੈਂ ਵਾਜਵਾ ਕਿਆ ਬਾਤ ਯੇ ਥੇ ਹਮਾਰੇ ਸਾਥ ਤੈਯਬ ਅਮੀਨ ਤੇਜਾ ਸਾਹਿਬ ਜੋ ਆਪਕੋ ਆਪਣੀ ਦਿਲਚਸਪ ਬਾਤੋਂ ਸੇ ਮਹਿਸੂਸ ਕਰ ਰਹੇ ਥੇ ਇਸਕੇ ਸਾਥ ਹਮੇਂ ਇਜਾਜ਼ਤ ਦੀਜੀਏ ਅੱਲਾ ਹਾਫਿਜ਼